ਮੈਂ ਰਾਧਨਾ ਦੋਤਰਾ ਐਕਸ ਸਰਪੰਚ ਪੰਚਾਇਤ ਜਰਾਈ। ਇਹ ਬੜੀ ਮਤਲਬ ਇੱਕ ਸੀਰੀਅਸ ਗੱਲ ਹੈ, ਕੋਈ ਇੱਕ ਚੋਰੀ ਨਹੀਂ ਹੋਈ, ਅਜੇ ਕਈ ਚੋਰੀਆਂ ਇੱਥੇ ਹੋਈਆਂ। ਇਹ ਤਾਂ ਕਮਾਲ ਹੀ ਹੋਈ ਹੈ ਕਿ ਇੱਕ ਰਾਤ ਦੇ ਵਿੱਚ 5 ਮੋਟਰਾਂ ਚੋਰੀ ਹੋਈਆਂ, ਔਰ ਮਹੱਲਾ ਸਵੇਰੇ ਜਦੋਂ ਪਾਣੀ ਲਗਾਏ ਮੋਟਰਾਂ ਲਾਉਂਦੇ ਫਿਰ ਉੱਪਰ ਪਾਣੀ ਜਾਂਦਾ, ਕਿਉਂਕਿ ਇਹਦੇ ਘਰ ਹਾਈਟ ਉੱਪਰ ਨੇ। ਜਦੋਂ ਸਵੇਰੇ ਆਏ ਉਹਨੇ ਪਾਣੀ ਲਾਉਣ ਦੇਖਿਆ ਇੱਕੜਾ ਮੋਟਰ ਨੇ, ਉਹਨਾਂ ਰੌਲਾ ਪਾਇਆ, ਦੂਏ ਨੇ ਦੇਖਿਆ ਦੂਏ ਦੇ ਨੇ, ਤ੍ਰੀਏ ਨੇ ਦੇਖਿਆ ਤ੍ਰੀਏ ਦੇ ਨੇ, ਮਤਲਬ 5 ਮੋਟਰਾਂ ਚੁਗੋਈ ਗਈਆਂ। ਇਹ ਹੈਂਡ ਪੰਪ ਕਿੰਨੇ ਲੱਗੇ ਦੀ? ਹੈਂਡ ਪੰਪ ਕਿੰਨੇ ਲਾਈ ਦੀਆਂ ਨੇ ਲੋਕਾਂ ਨੇ ਮੋਟਰਾਂ, ਅਤੇ ਜਿਸ ਵੇਲੇ ਮੋਟਰ ਲਾਉਂਦੇ ਤਾਂ ਪਾਣੀ ਉੱਪਰ ਜਾਂਦਾ, ਅਤੇ ਪਾਣੀ ਜਿਲ੍ਹੇ ਆਏ ਉਹਨੇ ਪਾਏ ਪਾਣੀ ਸਵੇਰੇ ਵਰਤਣੇ। ਅੱਜ ਇਹਦੇ ਬੱਚੇ ਸਕੂਲ ਨਹੀਂ ਗਏ, ਕੋਈ ਸਵੇਰੇ ਦਾ ਨਹਾਉਣ ਨਹੀਂ ਧੋਣ ਨਹੀਂ, ਕਿਉਂਕਿ ਪਾਣੀ ਦਾ ਕੋਈ ਜ਼ਰੀਆ ਹੀ ਨਹੀਂ। ਅਸੀਂ PH ਵੀ ਇਸ ਸਮੂਹ ਜਵਾਕ ਨੇ ਕਿ ਜਿੰਨੀ ਜਲਦੀ ਹੋ ਸਕਦਾ ਪਾਣੀ ਹੈ ਜਿਹੜਾ ਲੋਕਾਂ 'ਚ ਸਪਲਾਈ ਕਰੋ। ਅੱਜ ਦੇਖੋ ਤੁਸੀਂ ਇੰਨੀ ਲੋਕਾਂ 'ਚ ਸਵੇਰੇ ਵਿਚਾਰੇ ਮਾਰ ਧਾੜ ਹੈ ਪਈ ਦੀ, ਕੋਈ ਪਾਣੀ ਦਾ ਘੁੱਟ ਵੀ ਹੈ ਨਹੀਂ ਇਹਦੇ ਘਰੇ ਦੇ ਵਿੱਚ। ਇਹ ਕੋਈ ਇੱਕ ਚੋਰੀ ਨਹੀਂ ਹੈ, ਮੇਰਾ ਇਲਾਕਾ 'ਤੇ ਚੋਰੀਆਂ ਦਾ ਗੜ੍ਹ ਬਣੀ ਆ, 3-4 ਮਹੀਆਂ ਚੋਰੀ ਹੋਈਆਂ, ਹੁਣ ਪਿੱਛੇ ਰਾਜਿਆਂ ਦੀ ਮਹੀਂ ਚੋਰੀ ਹੋਈ ਹੈ, ਪਹਿਲਾਂ ਬੱਕਰੀਆਂ 17 ਇੱਕਦਮ ਚੋਰੀ ਹੋਈ ਗਈਆਂ, ਹੁਣ ਥੋੜ੍ਹੇ ਦਿਨ ਹੋਆ ਤਾਂ ਸਕੂਲ ਦਾ ਕੰਮ ਲਾਇਦਾ, ਮੈਂ ਅਸੀਂ ਰੱਖੇ ਦਾ ਪੰਚਾਇਤ ਨੇ ਕਹਿੰਦਾ ਸੈਪਟਿਕ ਟੈਂਕ ਰੱਖੇ ਦਾ ਪੰਚਾਇਤ ਨੇ, ਉਹ ਕੰਮ ਲਾਇਦਾ, ਬਾਥਰੂਮ ਦਾ ਕੰਮ ਲਾਇਦਾ, ਰਾਤੀ ਟਾਇਲ ਆਵਾ ਦੀ ਅਤੇ ਸਵੇਰੇ ਟਾਇਲ ਸਾਰੀ ਚੋਰੀ ਹੋਈ, 90 ਪੈਕਟ ਚਲੀ ਗਏ ਹੁੰਦੇ, ਹੱਦ ਹੋਈ ਗਈ, ਬੜੀਆ ਕਮਾਲ ਹੋਈ ਆ ਕਿ ਆਪਣੀ ਸੱਚ ਤੱਕ ਕਵਰ ਨਹੀਂ ਕਰੀ ਸਕਾ ਦੀ ਕਿ ਇਸ ਇਲਾਕੇ ਦੇ ਵਿੱਚ ਚੋਰ ਹੈਨ ਕੌਣ। ਆਖਰ ਲੋਕਲ ਆਦਮੀਆਂ ਦੇ ਬਿਨਾਂ ਜਿੰਨੇ ਚਿਰ ਕੋਈ ਮਿਲੇ ਦੇ ਨਹੀਂ ਹੋਣ ਚੋਰੀਆਂ ਨਹੀਂ ਹੁੰਦੀਆਂ, ਇਹਦਾ ਮਤਲਬ ਪੁਲਿਸ ਅੱਜ ਤੱਕ ਨਹੀਂ ਹੈਗੀ ਤਹਿਕੀਕਾਤ ਕਰੀ ਸਕਾ ਦੀ ਕਿ ਕੌਣ ਲੋਕ ਨੇ ਜਿਹੜੀਆਂ ਅੱਜ 15-16 ਚੋਰੀਆਂ ਮੇਰੀ ਪੰਚਾਇਤ ਮੇਰੇ ਇਲਾਕੇ ਵਿੱਚ ਹੋਈ ਗਈਆਂ। ਲੇਕਿਨ ਮੇਰੀ ਇਹੀ ਰਿਕੁਐਸਟ ਹੈ ਐਡਮਿਨਿਸਟ੍ਰੇਟਰ ਅੱਗੇ ਕਿ ਜਲਦੀ ਕੋਲਾ ਜਲਦੀ ਚੋਰਾਂ ਕੀ ਕਵਰ ਕਰੋ, ਔਰ ਦੇਖੋ ਇਹ ਲੋਕ ਹੈ ਕੌਣ, ਅਗਰ ਤੁਹਾਨੂੰ 4 ਆਦਮੀ ਕੁੱਟਣੇ ਵੀ ਪਾਉਂਦੇ ਨੇ ਸ਼ੱਕ ਦੇ ਦਾਇਰੇ ਵਿੱਚ ਤਾਂ ਕੁੱਟੋ, ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਚੋਰ ਪਕੜਾਉਣੇ ਚਾਹੀਦੇ। ਮੈਡਮ ਜੀ ਇੱਕ ਰਿਕਵਰੀ ਨਹੀਂ ਹੋਈ ਜੀ, ਇੱਕ ਵੀ ਰਿਕਵਰੀ ਨਹੀਂ ਹੋਈ। ਪਹਿਲਾਂ ਸਾਰੇ ਕੋਲ ਭਾਗ ਥੱਲੇ ਲੰਬੜ ਦੀਆਂ ਮਹੀਆਂ 2 ਚੁਕੋਈਆਂ, ਉਹਦਾ ਬਾਅਦ ਇੱਕ ਫੌਜੀ ਦੀ ਮਹੀ ਚੁਕੋਈ, ਉਹਦਾ ਬਾਅਦ ਰੈੜ ਬਾਹਮਣਾ ਦਾ ਚੋਰੀ ਹੋਈ, ਪਵਨ ਨਾ ਆਇਆ ਮੁੰਡੇ ਦਾ, ਉਹਦਾ ਚੋਰੀ ਹੋਈ, ਕੈਸ਼ ਗਿਆ, ਸੁੰਨਾ ਗਿਆ, ਕਿੰਨਾ ਗਿਆ, ਕੋਈ ਕਵਰ ਨਹੀਂ ਹੋਈ। ਉਹਦਾ ਬਾਅਦ 17 ਪਿੰਡਾਂ ਚੋਰੀ ਕੀਤੀਆਂ ਗਈਆਂ, ਕੋਈ ਕਵਰ ਨਹੀਂ ਹੋਈ। ਹੁਣ ਦੀ ਗੱਲ ਹੈ, ਪੰਚਾਇਤ ਘਰ ਦਾ ਕੰਮ ਲੱਗੇ ਦਾ, ਰਾਤੀ ਟਾਇਲ ਆਵਾ, ਸਵੇਰੇ ਟਾਇਲ ਗੁੰਮ ਹੋਈ ਹੈ। ਅੱਛਾ ਇਹ ਸਕੂਲ ਦੁਬਾਰਾ ਵੀ ਦਿੱਤੀ ਦੀਆਂ ਤਾਂ ਸਿਲੰਡਰ ਚੋਰੀ ਹੋਈ ਆ, ਇਹਦਾ ਮਤਲਬ ਆਖਰ ਹੈ ਕੌਣ ਚੋਰ ਨੇ, ਜੇ ਕੋਈ ਹਵਾ 'ਚ ਚੋਰ ਥੋੜ੍ਹੇ ਨਾ, ਤੁਸੀਂ ਲੋਕਲ ਪੁੱਛੋ, ਇੱਕ ਦੂਏ ਪੁੱਛੋ, CID ਕੱਢੋ, ਇੱਕ ਮੁੰਡਾ ਪਕੜੋ, ਆਪੇ ਸਾਰੇ ਵਖਦੇ ਹੈ ਵੀ ਕੌਣ ਚੋਰ ਹੈ। ਅਸੀਂ ਤਾਂ ਸੋਸ਼ਲ ਵੈਲਫੇਅਰ ਦਾ ਕੰਮ ਕਰਤੀ ਹੂੰ ਮੈਂ, ਔਰ ਹਮਾਰੇ ਇੱਧਰ ਲੋਕੋ ਕੋ ਸਭੀ ਕੋ ਬਹੁਤ ਪ੍ਰੋਬਲਮ ਹੈ ਚੋਰੀਓਂ ਕੀ, ਬਾਹਰ ਲੜਕੀਆਂ ਬਾਹਰ ਬੈਠੇ ਨਹੀਂ ਜਾ ਸਕਤੀ, ਅੰਧੇਰੇ ਮੇਂ ਔਰਤ ਘਰ ਸੇ ਬਾਹਰ ਨਹੀਂ ਨਿਕਲ ਸਕਤੀ, ਗੁੰਡਾਗਰਦੀ ਮਚ ਗਈ ਹੈ ਹਮਾਰੇ ਇਲਾਕੇ ਮੇਂ, ਔਰ ਇੱਧਰ ਇੱਕ ਚੌਂਕੀ ਲਗਾਈ ਜਾਏ, 4 ਤਰਫ ਕਾ ਰਸਤਾ ਬਣਤਾ ਹੈ ਇੱਧਰ ਸਕੂਲ ਮੇਂ, ਇੱਕ ਚੌਂਕੀ ਲਗਾਈ ਜਾਏ, ਇੱਧਰ 2 ਨੰਬਰ ਕਾ ਕੰਮ ਹੋਤਾ ਹੈ ਇੱਧਰ ਸਭੀ, ਕਿਸੀ ਕਾ ਮੋਟਰਸਾਈਕਲ ਗਾਇਬ ਹੋ ਰਹਾ ਹੈ, ਕਿਸੀ ਕਾ ਸਾਈਕਲ ਵੀ ਬੜੇ ਮੇਂ ਰੱਖਦੇ ਹੈ ਵੋ ਵੀ ਨਹੀਂ ਮਿਲਤਾ ਹੈ। ਅਭੀ ਰਾਤ ਕੀ ਬਾਤ ਹੈ ਕਿ 5 ਮੋਟਰੇ ਗੁੰਮ ਹੋਈ ਹੈ, ਔਰ ਸਮਾਨ ਗਿਰਤਾ ਹੁਆ ਵੀ ਹਮੇ ਦਿਖਾਈ ਦੀ ਹੈ, ਕਹਾਂ ਪੇ ਗਏ ਹੈ, ਕਹਾਂ ਸੇ ਗਏ ਹੈ, ਹਮੇ ਰਾਸਤਾ ਵੀ ਤੁਰੰਤ ਦਿਖਾਈ ਦੇ ਰਿਹਾ, ਹਮ ਕਿਸ ਕੋ ਕੈਸੇ ਕਹੇ, ਕਿਸ ਕੋ ਪਕੜਾ ਨਹੀਂ, ਉਸਕੋ ਕੈਸੇ ਕਹੇ ਕਿ ਤੂੰ ਚੋਰ ਹੈ, ਹਮਾਰੇ ਲਈ ਸਭੀ ਚੋਰ ਹੈ ਇੱਧਰ। ਕਿਹੜੇ ਪਿੰਡ? ਮਹਿਸੂਸ ਪਰ। ਦੱਸ ਕੇ ਕੀ ਗੱਲ ਹੋਈ ਇੱਥੇ? ਸਾਡੇ ਦੇਖੋ ਜੀ, ਸਾਮੀ 4-5 ਮੋਟਰਾਂ ਚੋਰੀ ਹੋਈ ਗਈਆਂ ਸਾਡੇ, ਸਾਰਾ ਤੋਂ ਰਾਤ ਹੀ ਹੈ, ਕੋਈ ਪਤਾ ਨਹੀਂ ਲੱਗਾ ਭਾ ਲੈ ਵੀ ਕੌਣ ਲਈ ਆ ਕੌਣ ਨਹੀਂ, ਹੁਣ ਦੱਸੋ ਭਾ ਇਹ ਪਾਣੀ ਭਰਨ ਕਿੱਥੇ ਜਾਣਾ, ਪਾਣੀਆਂ ਦੀ ਇੰਨੀ ਆਵਾਜਾਰੀ ਹੋ ਆਦੀ, ਨਿਆਣੇ ਬੱਚੇ ਸੋ ਸਕੂਲ ਨਹੀਂ ਸਾਡੇ ਗਏ,
ਆਹ ਕੀ ਕਰੀਏ ਦੱਸੋ ਨਾ ਤੁਸੀਂ ਵੀ ਕਿਹੜਾ ਰਾ ਨਾਇਰਾ ਕਰੀਏ ਸਾਡਾ ਹੋਈ ਪਹਿਲੀ ਵਾਰੀ ਚੋਰੀ ਹੋਈ ਜਾਂ ਅੱਗੇ ਵੀ ਚੋਰੀ ਹੁੰਦੀ ਹੈ ਨਹੀਂ ਪਹਿਲੀ ਵਾਰੀ ਹੋਈ ਹਾਂਜੀ ਪੰਜ ਹਾਂਜੀ ਨਹੀਂ ਜੀ ਆਇਆ ਕੋਈ ਨਹੀਂ ਆਇਆ ਮੋਟਰਾਂ ਕੁਛ ਲੈ ਦੀਆਂ ਰਾਤੀ ਦੀਆਂ ਰਾਤੀ ਦੀਆਂ ਮੇਰਾ ਨਾਂ ਸੀਮਾ ਆ ਹਾਂਜੀ ਨਾ ਮੋਟਰਾਂ ਪੰਜ ਸਵੇਰੇ ਪੰਜ ਵਜੇ ਦੀਆਂ ਜਿਲੇ ਅਸੀਂ ਬਾਹਰ ਗਏ ਤੇ ਦੇਖਿਆ ਤੇ ਮੋਟਰ ਇੱਕ ਨਹੀਂ ਮੈਂ ਬਾਹਰੋਂ ਆਈ ਜਿਲੇ ਦੇਖਿਆ ਪਾਣੀ ਪਾਣੀ ਮੋਟਰ ਲਾਈ ਤੇ ਅੰਨੀ ਚਲੀ ਮੈਂ ਥੱਲੇ ਦੇਖਿਆ ਜਿਲੇ ਮੋਟਰ ਹੈ ਹੀ ਨਹੀਂ ਇਹਦੇ ਵੀ ਰੋਲਾ ਪਿਆ ਉਹਦੇ ਵੀ ਪਿਆ ਸਾਡੇ ਵੀ ਪਿਆ ਵੀ ਰੋਲਾ ਪਿਆ ਦੇਖਿਆ ਮੋਟਰ ਇੱਕ ਨਹੀਂ ਫਿਰ ਮੈਂ ਤੜਪੀ ਮੈਂ ਕਿਹਾ ਮੋਟਰ ਮੈਂ ਹੈ ਨਹੀਂ ਤੇ ਪਾਣੀ ਕਿੱਥੋਂ ਭਰਨਾ ਹੈ ਤੇ ਨਿਆਣੇ ਸਕੂਲ ਜਾਣਾ ਨਿਆਣੇ ਤੁਸੀਂ ਸਕੂਲ ਨਹੀਂ ਗਏ ਤੇ ਘਰ ਹੀ ਬੈਠੇ ਤੇ ਸਾਰੇ ਤੇ ਮੋਟਰ ਵਗੈਰਾ ਪਾਣੀ ਨਹੀਂ ਚੱਲਦਾ ਉੱਥੇ ਨਹੀਂ ਪਾਣੀ ਨਲਕੇ ਨਹੀਂ ਚੱਲਦਾ ਨਲਕੇ ਥੱਲੇ ਲਾਏ ਦੇ ਤੇ ਪਾਣੀ ਕਿੱਥੇ ਚੱਲਣਾ ਮੇਰਾ ਨਾਮ ਸ਼ਿਵਾ ਜੀ ਕਿਹੜਾ ਪਿੰਡ ਮੇਰਾ ਪਿੰਡ ਵੈਸੇ ਤਾਂ ਇੱਥੇ ਤਾਰਾਗੜ੍ਹ ਵਾਲੇ ਪਾਸੇ ਸੌੜਾ ਆ ਇੱਥੇ ਸਾਡੀ ਸਿਸਟਰ ਹੋਈ ਆ ਅਤੇ ਇੱਥੇ ਰਾਤ ਕੱਲ੍ਹ ਦੇ ਅਸੀਂ ਆਏ ਹਾਂ ਅਤੇ ਰਾਤ ਕੋਈ ਤਕਰੀਬਨ 4 ਵਜੇ ਦੀ ਗੱਲ ਆ 3:30-4 ਵਜੇ ਦੀ ਹੈ ਨਾ ਤਾਂ ਉਹ ਜਦੋਂ ਆਪਾਂ ਸਵੇਰੇ ਦੇਖਿਆ ਤਾਂ ਰਾਤ ਦੀ ਚੋਰੀ ਹੋ ਗਈ ਸੀ ਸਵੇਰੇ ਆਪਾਂ ਜਦੋਂ ਦੇਖਿਆ ਉੱਠੇ ਦੇਖਿਆ ਤਾਂ ਰੌਲਾ ਪਿਆ ਵੀ ਮੋਟਰ ਲੈ ਕੇ ਚੁੱਕੇ ਹੈ ਨਾ ਅਤੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਨੀ ਵੀ ਛੇਤੀ ਦਾ ਬਹਾਰਾ ਨੇਰਾ ਕੀਤਾ ਜਾਵੇ